उमरी
ਸੋਰਠ ਮਹਲਾ ਪੰਜਵਾਂ ਗੁਰਪੁ ਪੂਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਭਰ ਪੂਰੀ ਕੇਵ ਪੁਤਲ ਪਿਆ ਇਸ ਧਨਾ ਰਵ ਰਵ ਰਹਿਆ ਭਰ ਪੂਰੀ ਕੇਵ ਪੁਤਲ ਪਿਆ ਇਸ ਨਾ ਪਾਰ ਬ੍ਰਹਮ ਵਿਟੋ ਪੁਰਵਨ ਗੁਰ ਕੇ ਜਨ ਪਵਨ ਸਿਤਾਰੇ ਵਿਘਨ ਨ ਲਾਵੇ ਦਿਲ ਕਾ ਜਿਹੜਾ ਖਾਣਾ ਪੀਣਾ ਗੁਰਮਤ ਅਨੁਸਾਰ ਹੋਵੇ
ਪਾਠ ਕਰਾਉਣ ਵਾਲਾ ਦਾ ਵੀ ਜਿਹੜਾ ਖਾਣਾ ਪੀਣਾ ਗੁਰਮਤ ਅਨੁਸਾਰ ਹੋਣਾ ਚਾਹੀਦਾ ਤਾਂ ਇਹ ਪਾਠ ਕਰਨ ਕਰਾਉਣ ਦਾ ਪੂਰਨ ਫਲ ਹੁੰਦਾ। ਬਾਬਾ ਜੀ ਇਹ ਵੀ ਕਹਿੰਦੇ ਹੁੰਦੇ ਸਨ ਵੀ ਭਾਈ ਜਿਹੜੀ ਇਹ ਮਾਇਆ ਹੈ ਹੋਰ ਨਾ ਕੋਈ ਹੱਥ ਨਾਲ, ਜਿਹੜੇ ਪ੍ਰੇਮੀ ਨੇ ਪਾਠ ਸੁਣਾਇਆ ਆਪਣੇ ਹੱਥ ਨਾਲ ਧਾਮੇ ਲਾਓ, ਚਾਹੋ ਕੋਈ ਠਾਕਰ ਦੁਆਰੇ ਲਾਓ, ਚਾਹੋ ਕੋਈ ਮੰਦਰ ਲਾਓ, ਚਾਹੋ ਕੋਈ ਮਸੀਤ ਲਾਓ, ਚਾਹੋ ਕੋਈ ਗੁਰਦੁਆਰੇ ਲਾਓ, ਪਾਠੀਆਂ ਦਾ ਉਧਾਰ ਹੋ ਜੂਗਾ। ਭਾਈ ਪਾਠ ਕਰਾਉਣ ਵਾਲਿਆਂ ਦਾ ਉਧਾਰ ਹੋ ਜੂਗਾ। ਬਾਬਾ ਜੀ ਇਹ ਵੀ ਵਚਨ ਕਰਦੇ ਸਨ ਵੀ ਭਾਈ ਮਾਂ ਸਮਰਨਾ ਤਾਂ ਕਿਤੇ ਰਹੀ, ਚਾਹ ਮਿਰਚ ਮਸਾਲਾ ਅੱਧਾ ਲਸਣ ਕਠਾ ਇਹ ਚੀਜ਼ਾਂ ਭਾਈ ਘਰ ਤੋਂ ਹੀ ਬਾਹਰ ਕੱਢ ਦਿਓ, ਭਲਾ ਹੋ ਜੂਗਾ, ਇੱਥੇ ਵੀ ਭਲਾ, ਗਾਹਾਂ ਵੀ ਭਲਾ। ਬਾਬਾ ਜੀ ਇਹ ਵਚਨ ਕਰਦੇ ਸਨ ਵੀ ਭਾਈ ਖਾਓ ਪੀਓ ਗੁਰਮੁਖ ਅਨੁਸਾਰ, ਬੋਲੋ ਬੁਲਾਓ ਗੁਰਮੁਖ ਅਨੁਸਾਰ, ਪਹਿਲੋ ਪਹਿਰਾਓ ਗੁਰਮੁਖ ਅਨੁਸਾਰ, ਆਪਣੇ ਕਾਰੋਬਾਰ ਗੁਰਮੁਖ ਅਨੁਸਾਰ ਕਰੋ।